ਇੱਕ 4 ਸਾਲ ਦੀ ਬੱਚੀ ਨੂੰ ਕਾਰ ਦੇ ਵੱਲੋਂ ਕੁਚਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ 4 ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਇਹ ਬੱਚੀ ਜੋ ਹੈ ਆਪਣੀ ਸੋਸਾਇਟੀ ਦੇ ਵਿੱਚ ਜਦੋਂ ਸਾਈਕਲ ਚਲਾ ਰਹੀ ਸੀ ਤਾਂ ਅਚਾਨਕ ਹੀ ਇੱਕ ਕਾਰ ਮੁੜਦੀ ਹੈ ਤਾਂ ਉਸਨੂੰ ਦੇਖ ਕੇ ਇਹ ਬੱਚੀ ਘਬਰਾ ਜਾਂਦੀ ਹੈ ਅਤੇ ਸਾਈਕਲ ਤੋਂ ਹੇਠਾਂ ਡਿੱਗ ਜਾਂਦੀ ਹੈ। ਹਾਲਾਂਕਿ ਡਰਾਈਵਰ ਨੂੰ ਪਤਾ ਹੀ ਨਹੀਂ ਚੱਲਦਾ ਕਿ ਆਖਰ ਬੱਚੀ ਉਸਦੇ ਗੱਡੀ ਦੇ ਅੱਗੇ ਡਿੱਗੀ ਹੋਈ ਹੈ। ਡਰਾਈਵਰ ਕਾਰ ਨੂੰ ਉਸਦੇ ਉੱਪਰੋਂ ਤੀਰ ਲੰਘਾਉਂਦਾ ਹੋਇਆ ਅੱਗੇ ਲੈ ਜਾਂਦਾ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਜਦੋਂ ਕਾਰ ਨੂੰ ਝਟਕਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਡਰਾਈਵਰ ਉਤਰ ਕੇ ਜਦੋਂ ਹੇਠਾਂ ਦੇਖਦਾ ਤਾਂ ਬੱਚੀ ਜੋ ਹੈ ਉਹ ਗਿਰੀ ਹੋਈ ਹੁੰਦੀ ਹੈ ਅਤੇ ਉਸਨੂੰ ਤੁਰੰਤ ਕਿਹਾ ਜਾ ਰਿਹਾ ਕਿ ਮੌਕੇ 'ਤੇ ਹਸਪਤਾਲ ਲੈ ਕੇ ਜਾਇਆ ਜਾਂਦਾ, ਪਰ ਉਦੋਂ ਤੱਕ ਉਸਦੀ ਜਾਨ ਚਲੀ ਜਾਂਦੀ ਹੈ। ਫਿਲਹਾਲ ਡਰਾਈਵਰ ਕਾਰ ਸਮੇਤ ਫਰਾਰ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ 4 ਸਾਲ ਦੀ ਬੱਚੀ ਨੂੰ ਕਾਰ ਨੇ ਕੁਚਲ ਕੇ ਰੱਖ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਬੱਚੀ ਆਪਣੀ ਸੋਸਾਇਟੀ ਦੇ ਵਿੱਚ ਸਾਈਕਲ ਚਲਾ ਰਹੀ ਸੀ, ਕਾਰ ਮੁੜਦੀ ਦੇਖ ਕੇ ਅਚਾਨਕ ਹੀ ਘਬਰਾ ਜਾਂਦੀ ਹੈ ਅਤੇ ਗੱਡੀ ਦੇ ਹੇਠਾਂ ਆ ਜਾਂਦੀ ਹੈ। ਦੱਸ ਦਈਏ ਕਿ ਗੱਡੀ ਇਸਦੇ ਸਿਰ ਦੇ ਉੱਪਰੋਂ ਲੰਘਦੀ ਹੋਈ ਸਿਰ ਨੂੰ ਮਿੱਧਦੀ ਹੋਈ ਨਿਕਲ ਜਾਂਦੀ ਹੈ ਅਤੇ ਬੱਚੀ ਦੀ ਥਾਂ ਹੀ ਮੌਤ ਹੋ ਜਾਂਦੀ ਹੈ। ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਗਰਾ ਦੇ ਵਿੱਚ ਇੱਕ ਸ਼ੋਪਿੰਗ ਮਾਲ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਪਾਰਕਿੰਗ 'ਚ ਮਾਤਾ ਅਤੇ ਪਿਤਾ ਬੱਚੀ ਨੂੰ ਲੈ ਕੇ ਖੜ੍ਹੇ ਹੁੰਦੇ ਨੇ, ਆਪਣਾ ਸਮਾਨ ਗੱਡੀ 'ਚ ਰੱਖ ਰਹੇ ਹੁੰਦੇ ਨੇ, ਤਾਂ ਅਚਾਨਕ ਹੀ ਜੋ ਇੱਕ ਬੱਚੀ ਹੈ 18 ਮਹੀਨਿਆਂ ਦੀ, ਉਹ ਅਚਾਨਕ ਹੀ ਗੱਡੀ ਦੇ ਵੱਲ ਚਲੀ ਜਾਂਦੀ ਹੈ, ਗੱਡੀ ਦੇ ਰੈਂਪ ਦੇ ਵੱਲ ਚਲੀ ਜਾਂਦੀ ਹੈ ਅਤੇ ਉੱਥੋਂ ਦੀ ਇੱਕ ਸਾਹਮਣੇ ਆ ਰਹੀ ਗੱਡੀ ਨੂੰ ਬੱਚੀ ਨਹੀਂ ਦਿਖਦੀ ਅਤੇ ਡਰਾਈਵਰ ਉਸਦੇ ਉੱਪਰੋਂ ਹੀ ਗੱਡੀ ਨੂੰ ਲੰਘਾਉਂਦਾ ਹੋਇਆ ਲੈ ਜਾਂਦਾ, ਜਿਸ ਦੇ ਕਾਰਨ ਉਸਦੀ ਵੀ ਮੌਤ ਹੋ ਗਈ ਸੀ। ਅਤੇ ਇਹ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ। ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਗੁਜਰਾਤ ਦੀਆਂ ਨੇ, ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੀਆਂ, ਜਿੱਥੇ ਕਿ 4 ਸਾਲ ਦੀ ਬੱਚੀ ਜਦੋਂ ਆਪਣੀ ਸੋਸਾਇਟੀ ਦੇ ਵਿੱਚ ਖੇਡ ਰਹੀ ਸੀ ਤਾਂ ਕਾਰ ਉਸਦੇ ਉੱਪਰੋਂ ਦੀ ਨਿਕਲ ਜਾਂਦੀ ਹੈ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਦੇ ਵੱਲੋਂ ਹੁਣ ਚਾਲਕ ਅਤੇ ਗੱਡੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇੱਕ 4 ਸਾਲ ਦੀ ਬੱਚੀ ਨੂੰ ਕਾਰ ਦੇ ਵੱਲੋਂ ਕੁਚਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ 4 ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਇਹ ਬੱਚੀ ਜੋ ਹੈ ਆਪਣੀ ਸੋਸਾਇਟੀ ਦੇ ਵਿੱਚ ਜਦੋਂ ਸਾਈਕਲ ਚਲਾ ਰਹੀ ਸੀ ਤਾਂ ਅਚਾਨਕ ਹੀ ਇੱਕ ਕਾਰ ਮੁੜਦੀ ਹੈ ਤਾਂ ਉਸਨੂੰ ਦੇਖ ਕੇ ਇਹ ਬੱਚੀ ਘਬਰਾ ਜਾਂਦੀ ਹੈ ਅਤੇ ਸਾਈਕਲ ਤੋਂ ਹੇਠਾਂ ਡਿੱਗ ਜਾਂਦੀ ਹੈ। ਹਾਲਾਂਕਿ ਡਰਾਈਵਰ ਨੂੰ ਪਤਾ ਹੀ ਨਹੀਂ ਚੱਲਦਾ ਕਿ ਆਖਰ ਬੱਚੀ ਉਸਦੇ ਗੱਡੀ ਦੇ ਅੱਗੇ ਡਿੱਗੀ ਹੋਈ ਹੈ। ਡਰਾਈਵਰ ਕਾਰ ਨੂੰ ਉਸਦੇ ਉੱਪਰੋਂ ਤੀਰ ਲੰਘਾਉਂਦਾ ਹੋਇਆ ਅੱਗੇ ਲੈ ਜਾਂਦਾ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਜਦੋਂ ਕਾਰ ਨੂੰ ਝਟਕਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਡਰਾਈਵਰ ਉਤਰ ਕੇ ਜਦੋਂ ਹੇਠਾਂ ਦੇਖਦਾ ਤਾਂ ਬੱਚੀ ਜੋ ਹੈ ਉਹ ਗਿਰੀ ਹੋਈ ਹੁੰਦੀ ਹੈ ਅਤੇ ਉਸਨੂੰ ਤੁਰੰਤ ਕਿਹਾ ਜਾ ਰਿਹਾ ਹੈ ਕਿ ਮੌਕੇ 'ਤੇ ਹਸਪਤਾਲ ਲੈ ਕੇ ਜਾਇਆ ਜਾਂਦਾ, ਪਰ ਉਦੋਂ ਤੱਕ ਉਸਦੀ ਜਾਨ ਚਲੀ ਜਾਂਦੀ ਹੈ। ਫਿਲਹਾਲ ਡਰਾਈਵਰ ਕਾਰ ਸਮੇਤ ਫਰਾਰ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ 4 ਸਾਲ ਦੀ ਬੱਚੀ ਨੂੰ ਕਾਰ ਨੇ ਕੁਚਲ ਕੇ ਰੱਖ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਬੱਚੀ ਆਪਣੀ ਸੋਸਾਇਟੀ ਦੇ ਵਿੱਚ ਸਾਈਕਲ ਚਲਾ ਰਹੀ ਸੀ, ਕਾਰ ਮੁੜਦੀ ਦੇਖ ਕੇ ਅਚਾਨਕ ਹੀ ਘਬਰਾ ਜਾਂਦੀ ਹੈ ਅਤੇ ਗੱਡੀ ਦੇ ਹੇਠਾਂ ਆ ਜਾਂਦੀ ਹੈ। ਦੱਸ ਦਈਏ ਕਿ ਗੱਡੀ ਇਸਦੇ ਸਿਰ ਦੇ ਉੱਪਰੋਂ ਲੰਘਦੀ ਹੋਈ ਸਿਰ ਨੂੰ ਮਿੱਧਦੀ ਹੋਈ ਨਿਕਲ ਜਾਂਦੀ ਹੈ ਅਤੇ ਬੱਚੀ ਦੀ ਥਾਂ ਹੀ ਮੌਤ ਹੋ ਜਾਂਦੀ ਹੈ। ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਗਰਾ ਦੇ ਵਿੱਚ ਇੱਕ ਸ਼ੋਪਿੰਗ ਮਾਲ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਪਾਰਕਿੰਗ 'ਚ ਮਾਤਾ ਅਤੇ ਪਿਤਾ ਬੱਚੀ ਨੂੰ ਲੈ ਕੇ ਖੜ੍ਹੇ ਹੁੰਦੇ ਨੇ, ਆਪਣਾ ਸਮਾਨ ਗੱਡੀ 'ਚ ਰੱਖ ਰਹੇ ਹੁੰਦੇ ਨੇ, ਤਾਂ ਅਚਾਨਕ ਹੀ ਜੋ ਇੱਕ ਬੱਚੀ ਹੈ 18 ਮਹੀਨਿਆਂ ਦੀ, ਉਹ
ਅਚਾਨਕ ਹੀ ਗੱਡੀ ਦੇ ਵੱਲ ਚਲੀ ਜਾਂਦੀ ਹੈ, ਗੱਡੀ ਦੇ ਰੈਂਪ ਦੇ ਵੱਲ ਚਲੀ ਜਾਂਦੀ ਹੈ ਅਤੇ ਉੱਥੋਂ ਦੀ ਇੱਕ ਸਾਹਮਣੇ ਆ ਰਹੀ ਗੱਡੀ ਨੂੰ ਬੱਚੀ ਨਹੀਂ ਦਿਖਦੀ ਅਤੇ ਡਰਾਈਵਰ ਉਸਦੇ ਉੱਪਰੋਂ ਹੀ ਗੱਡੀ ਨੂੰ ਲੰਘਾਉਂਦਾ ਹੋਇਆ ਲੈ ਜਾਂਦਾ ਹੈ, ਜਿਸ ਦੇ ਕਾਰਨ ਉਸਦੀ ਵੀ ਮੌਤ ਹੋ ਗਈ ਸੀ। ਅਤੇ ਇਹ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ, ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਗੁਜਰਾਤ ਦੀਆਂ ਨੇ, ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੀਆਂ, ਜਿੱਥੇ ਕਿ 4 ਸਾਲ ਦੀ ਬੱਚੀ ਜਦੋਂ ਆਪਣੀ ਸੁਸਾਇਟੀ ਦੇ ਵਿੱਚ ਖੇਡ ਰਹੀ ਸੀ ਤਾਂ ਕਾਰ ਉਸਦੇ ਉੱਪਰੋਂ ਦੀ ਨਿਕਲ ਜਾਂਦੀ ਹੈ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਦੇ ਵੱਲੋਂ ਹੁਣ ਚਾਲਕ ਅਤੇ ਗੱਡੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।